ਲਾੜੇ ਨੇ ਆਪਣੇ ਵਿਆਹ ਵਾਲੇ ਦਿਨ ਦੋ ਪੈਗ ਲਗਾਏ ਹੋਏ ਸੀ। ਲਾੜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਲਾੜੀ ਖੜੇ ਪੈਰ ਮੁੱਕਰ ਗਈ। ਤਿੰਨ ਫੇਰੇ ਵੀ ਪੜੇ ਜਾ ਚੁੱਕੇ ਸੀ ਤਾਂ ਵੀ ਲਾੜੀ ਨੂੰ ਜਿਵੇਂ ਹੀ ਇਸ ਗੱਲ ਬਾਰੇ ਪਤਾ ਚੱਲਿਆ ਉਸ ਦਾ ਹੋਣ ਵਾਲਾ ਪਤੀ ਇੱਕ ਸ਼ਰਾਬੀ ਹੈ ਤਾਂ ਉਸਨੇ ਖੜੇ ਪੈਰ ਜਵਾਬ ਦੇ ਦਿੱਤਾ। ਮੌਕੇ ਤੇ ਹੰਗਾਮਾ ਹੋਇਆ। ਕੁੜੀ ਵਾਲੇ ਅਤੇ ਮੁੰਡੇ ਵਾਲੇ ਦੋਹਾਂ ਦੇ ਵਿਚਕਾਰ ਤੂਤੂ ਮਹਿਮੈ ਹੋਈ। ਬਾਅਦ ਦੇ ਵਿੱਚ ਬੇਰੰਗ ਬਰਾਤ ਮੁੜ ਗਈ ਤੇ ਕੁੜੀ ਵਾਲੇ ਅਤੇ ਮੁੰਡੇ ਵਾਲੇ ਆਪਦੇ ਆਪਦੇ ਘਰੇ ਵਾਪਸ ਚਲੇ ਗਏ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਯੂਪੀ ਦੇ ਹਾਥਰਸ ਦੀਆਂ, ਜਿੱਥੇ ਹਸੀ ਖੁਸ਼ੀ ਇੱਕ ਵਿਆਹ ਚੱਲ ਰਿਹਾ ਸੀ। ਪੰਡਿਤ ਫੇਰੇ ਕਰਵਾ ਰਿਹਾ ਸੀ। 3 ਤੋਂ 4 ਫੇਰੇ ਹੋ ਚੁੱਕੇ ਸਨ ਕਿ ਅਚਾਨਕ ਲਾੜੀ ਨੇ ਤਮਾਸ਼ਾ ਖੜਾ ਕਰ ਦਿੱਤਾ। ਲਾੜੀ ਦਾ ਇਹ ਕਹਿਣਾ ਸੀ ਕਿ ਲਾੜੇ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਉਹ ਇਹ ਵਿਆਹ ਨਹੀਂ ਕਰਵਾ ਸਕਦੀ ਅਤੇ ਉਸਨੇ ਖੜੇ ਪੈਰ ਜਵਾਬ ਦੇ ਦਿੱਤਾ। ਜਿਸ ਤੋਂ ਬਾਅਦ ਮੁੰਡੇ ਵਾਲਿਆਂ ਨੇ ਵੀ ਕੁੜੀ ਵਾਲਿਆਂ 'ਤੇ ਕਾਫੀ ਪ੍ਰੈਸ਼ਰ ਬਣਵਾਇਆ, ਪਰ ਬਾਅਦ ਦੇ ਵਿੱਚ ਅੰਤ ਇਹੀ ਹੋਇਆ ਕਿ ਬੇਰੰਗ ਵਾਪਸ ਘਰ ਪਰਤ ਗਈ ਬਰਾਤ ਅਤੇ ਕੁੜੀ ਵਾਲੇ ਵੀ ਆਪਣੇ ਘਰ ਵਾਪਸ ਚਲੇ ਗਏ। ਆਓ ਕੁੜੀ ਅਤੇ ਮੁੰਡਾ ਦੋਨਾਂ ਤੋਂ ਜਾਣਦੇ ਹਾਂ ਕਿ ਵਿਆਹ ਵਾਲੀ ਰਾਤ ਆਖਰ ਹੋਇਆ ਕੀ ਸੀ। ਜਦ ਪੰਡਿਤ ਲਾਵਾਂ ਪੜ ਰਿਹਾ ਸੀ ਉਦੋਂ ਅਸਲ ਦੇ ਵਿੱਚ ਕੀ ਕਾਰਨ ਹੋਇਆ ਕਿ ਐਡਾ ਹੰਗਾਮਾ ਹੋ ਗਿਆ ਅਤੇ ਵਿਆਹ ਨੂੰ ਮਨਾ ਕਰਨਾ ਪਿਆ? ਕਿਆ ਲੜਕੀ ਕਿਉਂ ਮਨਾ ਕਰ ਰਹੀ ਹੈ ਸ਼ਾਦੀ ਕਰਨੇ ਸੇ? ਪਤਾ ਨਹੀਂ ਸਰ ਕਿਉਂ ਮਨਾ ਕਰ ਰਹੀ ਹੈ। ਇੱਕਦਮ ਜਬ ਸੇ ਮੈਨੇ ਤੋ ਗੋਦ ਬਨਨੇ ਗਿਆ ਥਾ ਤਬ ਵੀ ਉਸਨੇ ਮੇਰੇ ਕੋ ਪੁੱਛਾ ਮੈਨੂੰ ਉਸੇ ਤਬ ਵੀ ਬੋਲਾ ਕਿ ਹਾਂ ਮੈਂ ਰਾਜੀ ਹੂੰ, ਸਭ ਕੁਝ ਸਹੀ ਹੈ। ਅਬ ਜਬ ਰਾਤ ਕੋ ਆਇਆ ਜੈਮਾਲਾ ਵਗੈਰਾ ਹੋ ਗਈ, ਸਭ ਕੁਛ ਹੋ ਗਿਆ, ਤਬ ਵੀ ਸਹੀ ਹੈ। ਫਿਰ ਆ ਰਹੇ ਥੇ ਤੋ ਇੱਕਦਮ ਬੰਦ ਹੋ ਗਏ। ਫਿਰ ਉਹ ਤਾਂ ਟਾਈਮ ਹਾਂ ਤੋ ਕੁਛ ਫਿਰ ਪੜ ਵੀ ਗਏ ਥੇ ਨਾ? हाँ कुछ फिर पड़े थे। अच्छा अच्छा फिर पड़े थे। अब लड़की ये कह रही 15 लाख की डिमांड कर रहे हैं हमसे। ना 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 मेरी कोई डिमांड नहीं, 1 रुपये की भी। कौन सी काम? अच्छा दूसरे दूसरी वो इससे पहले कोई जानकारी इनसे छिपाई हो आपसे कोई ऐसी लड़की बारे में? हाँ छिपाई है। क्या जानकारी छिपाई है? एक तो ये था शादी तो थी, दूसरा इनकी बच्चा भी था और वहाँ से तलाक हुई है, वहाँ से भी इनका केस चला है। ये सारी जानकारी, ये सारी चीज़ आपसे छिपाई गई थी? हाँ वहाँ से केस में ये इन लोगों को पैसा भी मिला है। आपसे कुछ पैसा लिया इन्होंने? अभी मेरे से पैसा नहीं लिया, लेकिन मेरे को पैसे लेने का ये कर दिया ना कारोबार, मेरे ऊपर अच्छे पर लगाए जा रहे हैं। टीसी के पहले भी शादी हो चुकी है आपकी? हो चुकी है? कोई बच्चा बच्चा भी आपके पास? तो ये लोग तो ये आ रहे थे पहले शादी हो चुकी है, टूट गई है, लेकिन उसके बाद इन्हें तो बताओ होगी बात की ना, उसके बाद भी ये लोग मना कर रहे हैं। क्या आपने मना किया शादी करने से? मना कर रहे हैं स्मोकिंग की वजह से। स्मोकिंग की वजह से मांग कर रहे हैं पैसों की, 15 लाख रुपये। तो आपके पिताजी माता जी क्या कह रहे हैं? पिताजी माता जी क्या कह रहे हैं आपके परिवार के लोग? कुछ नहीं कह रहे, पापा ने तो पहले दे रखे हैं 15 लाख रुपए इनको।